ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ KL ਫਾਸਟ ਨਿਊਜ਼। ਕੱਲ੍ਹ ਡੱਬਵਾਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਰੈਲੀ ਕਰਕੇ ਹਰਿਆਣਾ ਦੇ ਵਿੱਚ ਬਿਗਲ ਵਜਾ ਦਿੱਤਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ। ਅਗਲੇ ਜਿਹੜਾ ਲਗਾਤਾਰ ਹੈ 12 ਤਰੀਕ ਤੱਕ, 12 ਅਗਸਤ ਤੱਕ ਹੈ, ਰੈਲੀਆਂ ਦਾ ਦੌਰ ਇਸੇ ਤਰ੍ਹਾਂ ਜਾਰੀ ਰਹਿਣਾ ਹੈ। ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਅਤੇ ਦਿੱਲੀ ਵਾਂਗੂ ਹਰਿਆਣੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ। ਅਤੇ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਚਿਵ ਮੁਕੇਸ਼ ਰਜੌਰੀਆ ਮੇਰੇ ਨਾਲ ਮੌਜੂਦ ਆ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਰ, ਕੱਲ੍ਹ ਜਿਹੜੀ ਰੈਲੀ ਹੋਈ ਆ ਡੱਬਵਾਲੀ ਦੇ ਵਿੱਚ, ਕੀ ਲੱਗਦਾ ਡੱਬਵਾਲੀ ਦੀ ਰੈਲੀ ਤੋਂ ਬਾਅਦ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿੰਨਾ ਜਿਹੜਾ ਫਰਕ ਪਿਆ? ਪਹਿਲਾਂ ਤਾਂ ਮੈਂ ਡੱਬਵਾਲੀ ਵਿਧਾਨ ਸਭਾ ਅਤੇ ਕਾਲਿਆਂ ਲਈ ਵਿਧਾਨ ਸਭਾ 'ਚ ਜਿਹੜਾ ਜਨ ਸੈਲਾਬ ਡੱਬਵਾਲੀ 'ਚ ਪਹੁੰਚਿਆ, ਮੈਂ ਉਹ ਸਾਰੀ ਜਨਤਾ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਕੱਲ੍ਹ ਸ਼ੁਰੂਆਤ ਸੀਗੀ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨਾਂ ਵਾਸਤੇ, ਜਿਹੜੇ 15 ਦਿਨਾਂ ਦੇ ਵਿੱਚ 45 ਰੈਲੀਆਂ ਕਰਨੀਆਂ, ਉਹਦੇ ਵਿੱਚ ਕੱਲ੍ਹ ਬਰਵਾਲਾ ਜਿਹੜਾ ਹਿਸਾਰ 'ਚ ਪੈਂਦਾ ਅਤੇ ਡੱਬਵਾਲੀ ਇੱਥੋਂ ਸ਼ੁਰੂਆਤ ਹੋਈ ਹੈ ਰੈਲੀਆਂ ਦੀ। ਦੋਨੇ ਵਿਧਾਨ ਸਭਾ ਦੀ ਜਨਤਾ ਦਾ ਬਹੁਤ ਬਹੁਤ ਧੰਨਵਾਦ। ਅਤੇ ਨਾਲ ਹੀ ਮੈਂ ਜਿਹੜੀ ਇਹ ਚਿਲਚਲਾਤੀ ਧੁੱਪ 'ਚ, ਬਹੁਤ ਤੇਜ਼ ਧੁੱਪ ਸੀ, 45 ਡਿਗਰੀ ਦੇ ਤਾਪਮਾਨ 'ਚ ਜਨਤਾ ਦਾ ਪਹੁੰਚਣਾ, ਅਤੇ ਮੀਡੀਆ ਨੇ ਬਹੁਤ ਜ਼ਿਆਦਾ ਤਾਦਾਦ 'ਚ ਪਹੁੰਚ ਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਸਾਡਾ ਮਾਣ ਵਧਾਇਆ, ਮੈਂ ਬਹੁਤ ਬਹੁਤ ਆਭਾਰ ਵਿਅਕਤ ਕਰਦਾ। ਜਿਹੜੇ ਮੁੱਦੇ ਆ, ਖਾਸ ਕਰਕੇ ਜ਼ਿਆਦਾਤਰ ਬੇਰੁਜ਼ਗਾਰੀ ਦੇ, ਮਹਿੰਗਾਈ ਦੇ, ਨਸ਼ਾਖੋਰੀ ਦੇ ਹੈ, ਜਿਹੜਾ ਕੀ ਲੱਗਦਾ ਆਮ ਆਦਮੀ ਪਾਰਟੀ ਹੈ ਜਿਹੜੇ ਕਿਹੜੇ ਵਾਅਦੇ ਲੈ ਕੇ ਅਤੇ ਕਿਹੜੀਆਂ ਗਰੰਟੀਆਂ ਲੈ ਕੇ ਜਨਤਾ 'ਚ ਆ ਰਹੀ ਹੈ, ਅਤੇ ਲੋਕ ਕਿੰਨਾ ਲੱਗਦਾ ਵੀ ਉਮੀਦ ਉਹਦੇ 'ਤੇ ਲੋਕ ਭਰੋਸਾ ਜਿਤਾਉਣਗੇ? ਹਾਂਜੀ, ਇਹ ਦਿੱਲੀ 'ਚ ਆਮ ਆਦਮੀ ਪਾਰਟੀ ਨੇ ਲਗਭਗ 1 ਲੱਖ ਤੋਂ ਜ਼ਿਆਦਾ ਨੌਕਰੀਆਂ ਦਿੱਤੀਆਂ। ਪੰਜਾਬ 'ਚ 2 ਸਾਲਾਂ ਦੇ ਵਿੱਚ ਹੀ 43,000 ਦੇ ਕਰੀਬ ਨੌਕਰੀਆਂ ਹੁਣ ਤੱਕ ਦੇ ਚੁੱਕੀ ਹੈ। ਉਸ ਨੌਕਰੀਆਂ ਨੂੰ ਦੇਖਦੇ ਹੋਏ ਜਿਹੜਾ ਪੰਜਾਬ ਦਾ ਯੁਵਾ ਹੈ, ਸਾਡੇ ਲਾਗੇ ਲੱਗਦਾ ਪੰਜਾਬ, ਇਸ ਕਰਕੇ ਮੈਂ ਪੰਜਾਬ ਦੀ ਜ਼ਿਆਦਾ ਗੱਲ ਕਰਾਂਗਾ, ਅਤੇ ਪੰਜਾਬ ਦਾ ਜਿਹੜਾ ਯੁਵਾ ਆਮ ਆਦਮੀ ਪਾਰਟੀ ਬੰਨੀ ਬਹੁਤ ਤੇਜ਼ੀ ਨਾਲ ਵਿਸ਼ਵਾਸ ਕਰ ਰਿਹਾ, ਅਤੇ ਅਸੀਂ ਚਾਹੁੰਦੇ ਹਾਂ ਹਰਿਆਣੇ ਦੀ ਜਨਤਾ ਵੀ, ਸਾਨੂੰ ਪੂਰਾ ਵਿਸ਼ਵਾਸ ਹੈ ਹਰਿਆਣੇ ਦੀ ਜਨਤਾ ਵੀ ਪੰਜਾਬ ਦੀ ਤਰ੍ਹਾਂ ਆਮ ਆਦਮੀ ਪਾਰਟੀ 'ਤੇ ਭਰੋਸਾ ਕਰਕੇ ਆਮ ਆਦਮੀ ਪਾਰਟੀ ਦੇ ਸਰਕਾਰ ਬਣਾਉਣ ਵਿੱਚ ਸਾਡਾ ਸਹਿਯੋਗ ਕਰੂਗੀ। ਅਸੀਂ ਪੂਰੀ ਉਮੀਦ ਲੈ ਕੇ ਚੱਲ ਰਹੇ ਹਾਂ ਕਿ 90 ਦੀ 90 ਸੀਟਾਂ 'ਚ ਅਸੀਂ ਪੂਰਨ ਬਹੁਮਤ ਦੀ ਸਰਕਾਰ ਹਰਿਆਣਾ 'ਚ ਬਣਾਉਣ 'ਚ ਕਾਮਯਾਬ ਹੋ। ਬਿਜਲੀ ਪਾਣੀ ਤੋਂ ਇਲਾਵਾ ਸਿਹਤ ਸੇਵਾਵਾਂ ਅਤੇ ਸਿੱਖਿਆ ਦੀ ਜਿਹੜੇ 5 ਗਰੰਟੀਆਂ ਲੈ ਕੇ ਚੱਲ ਰਹੀ ਹੈ, ਕੀ ਲੱਗਦਾ ਵੀ ਅੱਜ ਦੇ ਹਾਲਾਤ ਆ ਜਿਹੜੇ ਹਰਿਆਣਾ ਦੇ ਸਕੂਲਾਂ ਦੇ ਅਤੇ ਸਿਹਤ ਸੇਵਾਵਾਂ ਦੇ, ਕੀ ਸੁਧਾਰ ਹੋ ਜੂਗਾ ਜਾਂ ਕਿਸ ਤਰ੍ਹਾਂ ਦੇ ਹਾਲਾਤ ਆ ਤੁਹਾਡੇ ਨਾਲ? ਹਰਿਆਣਾ 'ਚ ਹੁਣ ਦੇਖ ਰਹੇ ਹਾਂ ਕਿਸੇ ਵੀ ਹੋਸਪਿਟਲ 'ਚ ਨਾ ਤਾਂ ਟੈਸਟ ਹੋ ਰਹੇ ਨੇ ਅਤੇ ਨਾ ਹੀ ਇੱਥੇ ਅਲਟਰਾਸਾਊਂਡ ਦੀਆਂ ਮਸ਼ੀਨਾਂ ਨੇ। ਜਿਹੜੇ ਸਾਡੇ ਕਾਲਿਆਂ ਲਈ ਦੀ ਗੱਲ ਕਰਦਾ, ਉਹੀ ਡਾਕਟਰ ਤਾਂ ਦਿਨੇ ਡਿਊਟੀ ਦਿੰਦੇ ਨੇ, ਉਹੀ ਡਾਕਟਰ ਸ਼ਾਮ ਨੂੰ ਦਿੰਦੇ ਨੇ, ਅਤੇ ਹਰਿਆਣਾ 'ਚ ਪੂਰਾ ਮਤਲਬ ਸਥਿਤੀ ਖਰਾਬ ਹੈ ਸਵਾਸਥ ਸੇਵਾਵਾਂ ਦੀ। ਅਤੇ ਪੰਜਾਬ ਦੇ ਹਿਸਾਬ ਨਾਲ ਦੇਖਦੇ ਹੋਏ ਤਾਂ ਹਰਿਆਣਾ 'ਚ ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਬਹੁਤ ਤੇਜ਼ੀ ਨਾਲ ਸੁਧਾਰ ਹੋਊਗਾ। ਜਿਵੇਂ ਦਿੱਲੀ 'ਚ ਸਵਾਸਥ ਸੇਵਾਵਾਂ ਦਾ ਸੁਧਾਰ ਕੀਤਾ, 50 ਲੱਖ ਤੱਕ ਦਾ ਇਲਾਜ ਫਰੀ ਹੈ, ਇੱਥੇ ਵੀ ਇਲਾਜ ਫਰੀ ਹੋਵੇਗਾ ਅਤੇ ਚੰਗੀਆਂ ਸੁਵਿਧਾਵਾਂ ਨਾਲ, ਚੰਗੇ ਸਟਾਫ ਨਾਲ, ਲੈਸ ਹੋਸਪਿਟਲ ਹੋਣਗੇ, ਵਧੀਆ ਸਵਾਸਥ ਸੁਵਿਧਾਵਾਂ ਮਿਲਣਗੀਆਂ। ਅਕਸਰ ਆਪਾਂ ਸੋਸ਼ਲ ਮੀਡੀਆ 'ਤੇ ਪੰਜਾਬ ਦੇ ਲੋਕਾਂ ਦੇ ਕਮੈਂਟ ਪੜ੍ਹਦੇ ਹਾਂ ਜਾਂ ਪੋਸਟਾਂ ਪੜ੍ਹਦੇ ਹਾਂ, ਕਹਿੰਦੇ ਵੀ ਜਿਹੜੇ ਭਗਵੰਤ ਮਾਨ ਨੇ ਜਾਂ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀਗੇ, ਚਾਹੇ ਉਹ 1,000 ਰੁਪਇਆ ਔਰਤਾਂ ਨੂੰ ਦੇਣ ਦੀ ਗੱਲ ਹੋ ਗਈ ਜਾਂ ਹੋਰ ਬਹੁਤ ਸਾਰੀਆਂ ਗੱਲਾਂ, ਕਹਿੰਦੇ ਨਸ਼ਾਖੋਰੀ ਕਹਿੰਦੇ ਸੀ ਵੀ ਅਸੀਂ ਖਤਮ ਕਰ ਦਿਆਂਗੇ MSP ਦੀ ਹੈ, ਅਤੇ ਉਹ ਕਹਿੰਦੇ ਉਹ ਹੈਰਾਨੀ ਉਤਰੇ, ਅਤੇ ਹੁਣ ਹਰਿਆਣੇ
ਇਸ ਤਰ੍ਹਾਂ ਜੀ, ਪੰਜਾਬ ਦੀ ਜਿਹੜੀ ਸਥਿਤੀ ਹੈ ਹਲੇ 2 ਸਾਲ ਹੀ ਹੋਇਆ, ਜਿਹੜਾ ਪਿਛਲੇ ਸਰਕਾਰਾਂ ਦੇ ਪ੍ਰਸ਼ਾਸਨ 'ਤੇ ਕੰਟਰੋਲ ਹੁੰਦਾ ਉਸ 'ਤੇ ਕਾਬੂ ਕਰਨ 'ਤੇ ਥੋੜ੍ਹਾ ਟਾਈਮ ਲੱਗ ਜਾਂਦਾ, ਹਲੇ 3 ਸਾਲ ਪਏ ਨੇ। ਤੁਸੀਂ ਦੇਖੋਗੇ 1000 ਰੁਪਇਆ ਮਹੀਨਾ ਵੀ ਮਿਲੇਗੀ ਅਤੇ ਨਸ਼ਾ ਵੀ ਬਿਲਕੁਲ ਸਮਾਪਤ ਹੋ ਜਾਏਗਾ। ਅਤੇ ਆਮ ਆਦਮੀ ਪਾਰਟੀ ਜਦੋਂ ਹਰਿਆਣੇ 'ਚ ਆਵੇਗੀ, ਹਰਿਆਣੇ 'ਚ ਵੀ ਨਸ਼ਾਖੋਰੀ ਬਿਲਕੁਲ ਬੰਦ ਕਰੇਗੀ। ਅੱਜ ਦੇ ਜਿਹੜੇ ਹਾਲਾਤ ਨੇ ਹਰਿਆਣਾ ਦੇ ਵਿੱਚ, ਅਪਰਾਧ ਵੱਧ ਰਹੇ ਨੇ, ਫਰੋਤੀਆਂ ਮੰਗੀਆਂ ਜਾ ਰਹੀਆਂ ਨੇ, ਵੱਡੇ ਵੱਡੇ ਲੀਡਰਾਂ ਦੇ ਕਤਲ ਹੋ ਚੁੱਕੇ ਨੇ ਹੁਣੇ ਪਿਛਲੇ ਦਿਨਾਂ 'ਚ, ਅਤੇ ਨਸ਼ਾਖੋਰੀ ਚਿੱਟਾ ਇੱਥੇ ਆਮ ਚੱਲ ਰਿਹਾ। ਅਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ, ਅਸੀਂ ਪੰਜਾਬ 'ਚ ਵੀ ਕਾਬੂ ਪਾਵਾਂਗੇ, ਕਾਮਯਾਬ ਹੋਵਾਂਗੇ, ਅਤੇ ਹਰਿਆਣਾ 'ਚ ਵੀ ਜਦੋਂ ਸਾਡੀ ਬਹੁਮਤ ਸਰਕਾਰ ਬਣਾਂਗੇ, ਹਰਿਆਣਾ 'ਚ ਵੀ ਅਸੀਂ ਇਸ ਸਥਿਤੀ ਤੋਂ ਪਾਰ ਪਾਉਣ ਦੀ ਕੋਸ਼ਿਸ਼ ਹੋਵੇਗੀ ਸਾਡੀ। ਬਿਲਕੁਲ ਦੋਸਤੋ, ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਜਿਹੜਾ ਹੁਣ ਇਹ ਮਿਥਿਆ ਜਾ ਰਿਹਾ ਹੈ ਕਿ ਆਸੇ ਪਾਸੇ ਪੰਜਾਬ ਅਤੇ ਇੱਧਰੋਂ ਦਿੱਲੀ ਹੈ ਉੱਥੇ ਜਿਹੜਾ ਸਰਕਾਰ ਬਣਾਈ ਹੈ ਅਤੇ ਹੁਣ ਹਰਿਆਣੇ ਦੀ ਵਾਰੀ ਹੈ, ਅਤੇ ਹੌਲੀ ਹੌਲੀ ਹੈ ਜਿਹੜਾ ਕਹਿੰਦੇ ਰੈਲੀਆਂ ਦਾ ਜਦੋਂ ਦੌਰ ਹੈ ਉਸੇ ਤਰ੍ਹਾਂ ਲੋਕਾਂ ਦਾ ਹਜੂਮ ਦੇਖ ਕੇ ਪਤਾ ਲੱਗਦਾ ਕਿ ਲੋਕ ਆ ਜਿਹੜਾ ਬਦਲਾਵ ਚਾਹੁੰਦੇ ਆ, ਦੂਜੀਆਂ ਸਰਕਾਰਾਂ ਨੂੰ ਦੇਖ ਚੁੱਕੇ ਹੈ, ਅੱਕ ਚੁੱਕੇ ਹੈ। ਪਰ ਇਹ ਆਉਣ ਵਾਲਾ ਟਾਈਮ ਹੀ ਦੱਸੂਗਾ 2024 ਦੀਆਂ ਜਿਹੜੀਆਂ ਵਿਧਾਨ ਸਭਾ ਹੈ ਕਿਸ ਤਰ੍ਹਾਂ ਦੇ ਮਾਹੌਲ ਰਹਿਣ ਵਾਲੇ ਹੈ। ਇਸ ਵੀਡੀਓ ਨੂੰ ਦੇਖ ਕੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ, ਵੀਡੀਓ ਨੂੰ ਜ਼ਿਆਦਾ ਸ਼ੇਅਰ ਕਰਦੇ, ਹੋਰ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ।